ਸਾ ਮਹਿਰਾ ਪੈਲਾ ਜੋ ਤਨ ਕੀਆ ਸੋ ਸਚ ਥੀਆ ਅੰਮ੍ਰਿਤ ਨਾਮ ਸਤਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅੰਦੇ ਨਾਲ ਪਿਆਰੇ ਸੰਗ ਹਰ ਜਿਓ ਰੱਖੋ ਆਪਣੀ ਸ਼ਰਨਾਈ ਗੁਰ ਪ੍ਰਸਾਦੀ ਹਰਸ ਪਾਇਆ ਨਾਮ ਪਦਾਰਥ ਨੋਂ ਨਿਦ ਪਾਈ ਰਹਾਉ ਕਰਮ ਧਰਮ ਸਚ ਸਚਾ ਨਾਉ ਤਾ ਕੈ ਸਦ ਬਿਹਾਰਹਿ ਜਾਉ ਜੋ ਹਰ ਰਾਤੀ ਸੇ ਜਨ ਪਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਿਨ ਪਾਇਆ ਧਨ ਨਾਰੀ ਹਰ ਸਿਉ ਲਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਧਾਰੇ ਸਤਗੁਰ ਸੇਵ ਤਤਵੀ ਵਿਚਾਰੈ ਹਮਰੀ ਜਾਤ ਪਤ ਸਚ ਨਾਹੂੰ ਕਰਮ ਧਰਮ ਸੰਜਮ ਸਤਿਭਾਉ ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਮਿਟੇ ਏਕੋ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਥੇ ਸਾਨੂੰ ਅਣਜਾਣ ਜਗਿਆਸੂਆਂ ਨੂੰ ਜੀਵਨ ਦਾਅਜ ਸਮਝਾਉਂਦੇ ਨੇ ਵੀ ਇਹ ਹੈ ਜੀਵਨ ਜਾਂਚ ਜਿਸ ਨੂੰ ਅਪਣਾਉਣ ਕਰਕੇ ਤੁਸੀਂ ਕਰ ਰਹੋ ਬਾਹਰ ਰਹੋ ਸਦਾ ਸੁਖੀ ਰਹੋ ਪਰ ਅਸੀਂ ਬਾਣੀ ਦੀ ਵਿਚਾਰ ਨਾ ਕਰਨ ਕਰਕੇ ਅੱਜ ਲੋਕਾਂ ਕੋਲੋਂ ਪੁੱਛਦੇ ਫਿਰਦੇ ਹਾਂ ਕਿ ਲੋਕ ਇਹ ਗੱਲ ਕਹਿੰਦੇ ਨੇ ਜੀ ਤੁਸੀਂ ਬਾਣੀ ਨਾ ਪੜੋ ਜੇ ਤੁਸੀਂ ਬਾਣੀ ਅਸ਼ੁੱਧ ਪੜੋਗੇ ਤੁਹਾਨੂੰ ਪਾਪ ਲੱਗ ਜਾਏਗਾ ਬਸ ਤੁਸੀਂ ਸਾਡੇ ਡੇਰੇ ਆਇਆ ਕਰੋ ਸਤਵੀਰਵਾਰ ਆਹ ਸ਼ਬਦ ਪੜੋ ਆਏ ਕਰੋ ਬਸ ਤੁਹਾਡੀ ਕਲਿਆਣ ਹੋ ਜਾਏ ਪਰ ਧੰਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹਨਾਂ ਸਾਰੇ ਕਰਮਾ ਧਰਮਾ ਪਖੰਡਾਂ ਤੋਂ ਛੱਡ ਕੇ ਇੱਕ ਪਰਮਾਤਮਾ ਨਾਲ ਜੁੜਨ ਦੀ ਸਾਨੂੰ ਸਿਖਾਇਆ ਦੇਖੋ ਜੇ ਸ਼ਬਦ ਦਾ ਪਾੜ ਤੁਸੀਂ ਸੁਣਿਆ ਇਹ ਸ਼ਬਦ ਦੀ راہ ਦੀ ਪੰਕਤੀ ਵਿੱਚ ਮਹਾਰਾਜ ਫਰਮਾਉਂਦੇ ਨੇ ਭਾਈ ਸਭ ਤੋਂ ਪਹਿਲੀ ਗੱਲ ਅਰਦਾਸ ਕਰੋ ਅਰਦਾਸ ਕੀਤੇ ਅੱਗੇ ਕਰੋ ਹਰ ਜਿਓ ਰੱਖੋ ਆਪਣੀ ਸ਼ਰਨਾਈ ਏ ਬਾਈ ਹਰ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਅਸੀਂ ਤੁਹਾਡਾ ਉਟ ਆਸਰਾ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਮਹਾਰਾਜ ਨੇ ਇਤਨੀਆਂ ਸੌਖੀਆਂ ਮਸਾਲਾਂ ਦੇ ਕੇ ਸਮਝਾਇਆ ਆਖੋ ਦੁਨੀਆ ਦੇ ਲੋਕੋ דוਏ ਪੜ ਚੱਕੀ ਜੋੜ ਕੇ ਪੀਸਣ ਆਏ ਬਹਿਠੋ ਜੋ ਧਰ ਰਹੇ ਸੋ ਉਬਰੇ ਨਾਨਕ ਅਜਬ ਢਠ ਦਿਕੋ ਮਿਸਾਲ ਉਹ ਦਿੱਤੀ ਹੈ ਜਿਹੜੀ ਸਾਡੇ ਆਮ ਜੀਵਨ ਵਿੱਚ ਵਰਤੀ ਜਾਂਦਾ ਚੱਕੀ ਕੌਣ ਨਹੀਂ ਜਾਣਦਾ ਚੱਕੀ ਦੇ ਦੋ ਪੁਣਾ ਬਾਰੇ ਕੌਣ ਨਹੀਂ ਜਾਣਦਾ ਚੱਕੀ ਕਿਹੜੇ ਕੰਮ ਆਉਂਦੀ ਹੈ ਜਦ ਆਪਣੇ ਧਿਆਨ ਵਿੱਚ ਉਹ ਨਕਸ਼ਾ ਲਿਆਓ ਮਿਸਾਲ ਐਸੀ ਦਿੱਤੀ ਹੈ ਜਿਹੜੀ ਅਣਜਾਣ ਤੋਂ ਅਣਜਾਣ ਬੰਦੇ ਨੂੰ ਸਮਝ ਆ ਸਕੇ ਅੱਖਾਂ دھوਏ ਪੜ ਚੱਕੀ ਜੋੜ ਕੇ ਪੀਸਣ ਆਏ ਬਹਿਠੋ ਆਮ ਘਰਾਂ ਵਿੱਚ ਚੱਕੀ ਵਰਤੀ ਜਾਂਦੀ ਚਲੋ ਹੁਣ ਅਸੀਂ ਚੱਕੀ ਤੇ ਆਟਾ ਨਹੀਂ ਪੀਂਦੇ ਪਰ ਹਾਲੀ ਵੀ ਕਈ ਘਰਾਂ ਵਿੱਚ ਚੱਕੀ ਵਿਆਹ ਸ਼ਾਦੀਆਂ ਉੱਤੇ ਚੁੰਗ ਚੱਕੀ ਪਾਉਣੀ ਇੱਕ ਸ਼ਗਨ ਵੀ ਬਣਿਆ ਹੋਇਆ ਕਹਿੰਦਾ ਮਤਲਬ ਜਿਸ ਤਰ੍ਹਾਂ ਚੱਕੀ ਦੇ ਦੋ ਪੁੱੜ ਹਨ ਤੇ ਚੱਕੀ ਆਟਾ ਪੀਸਣ ਵਾਸਤੇ ਵਰਤੀ ਜਾਂਦੀ ਦੋਏ ਪੁੱੜ ਚੱਕੀ ਜੋੜ ਕੇ ਪੀਸਣ ਆਏ ਬਹਿਟ ਦਾਣੇ ਪੀਣ ਵਾਸਤੇ ਬੈਠ ਜਾਂਦੀ ਪੀਣ ਵਾਲੀ ਕਮਾਲ ਦੀ ਗੱਲ ਇਹ ਹੈ ਕਿ ਜਿੰਨੇ ਦਾਣੇ ਚੱਕੀ ਦੇ ਪੁੱੜਾਂ ਦੀ ਮਾਰ ਵਿੱਚ ਆ ਜਾਂਦੇ ਉਹ ਸੱਪ ਸਣ ਪਰ ਜਿਹੜੇ ਦਾਣੇ ਕੀਲੀ ਨਾਲ ਲੱਗ ਜਾਂਦੇ ਨੇ ਉਹ ਪੁਰਾਂ ਦੀ ਮਾਰ ਤੋਂ ਬਚ ਜਾਂਦੇ ਆਖਿਆ ਏ ਧਰਤੀ ਤੇ ਅਸਮਾਨ ਵੀ ਇੱਕ ਚੱਕੀ ਹੈ ਇਸ ਚੱਕੀ ਦੇ ਦੋ ਪੁਰ ਹਨ ਅਸੀਂ ਸਾਰੇ ਦਾਣੇ ਵਾਂਗੂ ਇਸ ਧਰਤੀ ਤੇ ਅਸਮਾਨ ਵਿੱਚ ਪੀਸੇ ਗਾ ਰਹੇ ਯਾਦ ਰੱਖੋ ਜਿਸ ਤਰ੍ਹਾਂ ਜਿਹੜੇ ਦਾਣੇ ਕਿੱਲੀ ਨਾਲ ਲੱਗ ਜਾਂਦੇ ਨੇ ਉਹ ਪੁੜਾ ਦੀ ਮਾਰ ਤੋਂ ਬਚ ਜਾਂਦੇ ਇਸੇ ਤਰ੍ਹਾਂ ਜਿਹੜੇ ਜੀਵ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਣਗੇ ਉਹ ਇਸ ਧਰਤੀ ਤੇ ਅਸਮਾਨ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਇਹਨਾਂ ਪੁੜਾ ਦੀ ਮਾਰ ਤੋਂ ਬਚ ਜਾਣ ਲਓ ਕਿੰਨਾ ਸੌਖਾ ਤੇ ਸੌਖਾ ਤਰੀਕਾ ਆਓ ਸਾਰੇ ਪ੍ਰੇਰਣਾ ਲੈ ਕੇ ਅਰਦਾਸ ਕਰੀਏ ਹਰ ਜੀਓ ਰੱਖੋ ਆਪਣੀ ਸ਼ਰਨਾਈ ਹੈ ਵਾਹਿਗੁਰੂ ਜੀ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਬਸ ਤੋ ਅਡੀ ਸ਼ਰਨ ਵਿੱਚ ਰਵਾਂਗੇ ਕੋਈ ਖਤਰਾ ਹੀ ਨਹੀਂ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਏ ਉਹਨੂੰ ਕਾਹਦਾ ਖਤਰਾ ਉਹਨੂੰ ਕਾਦੀ ਚਿੰਤਾ ਜਿਹਦੇ ਵੱਲ ਪਰਮਾਤਮਾ ਹੋ ਜਾਏ ਉਹਨੂੰ ਕਾਹਦਾ ਖਤਰਾ ਗੁਰ ਪ੍ਰਸਾਦੀ ਹਰ ਰਸ ਪਾਇਆ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਪ੍ਰਾਪਤ ਕਰ ਲਿਆ ਨਾਮ ਪਦਾਰਥ ਨੌ ਨਿੱਧ ਪਾਈ ਉਹਨਾਂ ਨੇ ਪਰਮਾਤਮਾ ਦਾ ਨਾਮ ਰੂਪੀ ਪਦਾਰਥ ਪਾ ਲਿਆ ਜਪ ਲਿਆ ਸਿਮਰਿਆ ਤੇ ਉਹਨਾਂ ਨੇ ਨੌ ਨਿੱਧ ਪਾਈ ਮਾਨੋ ਨੌ ਖਜ਼ਾਨੇ ਪ੍ਰਾਪਤ ਕਰ ਲੈ ਕਿਉਂਕਿ ਰੋਜ ਅਸੀਂ ਸੁਖਮਨੀ ਸਾਹਿਬ ਤੇ ਪੜਦੇ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨ ਸੇ ਦੂਜਾ ਇੱਕ ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਜਿਵੇਂ ਆਮ ਇੱਕ ਮੁਹਾਵਰਾ ਵਰਤਿਆ ਜਾਂਦਾ ਹੈ ਹਾਥੀ ਦੇ ਪਾਉਂ ਮੇ ਸਭ ਕਾ ਪਾਉ ਜਿਦੀ ਪ੍ਰਮਾਤਮਾ ਨਾਲ ਬਣਾਈ ਸਾਡੇ ਘਰਾਂ ਵਿੱਚ ਵੀ ਆਮ ਮੁਹਾਵਰਾ ਵਰਤਿਆ ਜਾਂਦਾ ਮੀਆਂ ਬੀਵੀ ਰਾਜੀ ਤੇ ਕਿਆ ਕਰੇਗਾ ਕਾਜੀ ਜਿਸ ਘਰ ਵਿੱਚ ਪਤੀ ਪਤਨੀ ਦੀ ਬਾੜ ਆਵੇ ਉੱਥੇ ਫਿਰ ਕੋਈ ਝਗੜੇ ਦਾ ਖਤਰੇ ਦਾ ਅੰਦੇਚਾ ਹੀ ਨਹੀਂ ਇਸੇ ਤਰ੍ਹਾਂ ਜਿਸ ਜੀਵ ਇਸਤਰੀ ਧੀ ਪਰਮਾਤਮਾ ਪਤੀ ਦੇ ਨਾਲ ਭਣਾਈ ਉਹਨੇ ਮਾਨੋ ਸਾਰੇ ਖਜ਼ਾਨੇ ਪ੍ਰਾਪਤ ਕਰ ਲਏ ਹਰ ਜੀਉ ਲਖੋ ਆਪਣੀ ਛਲਨਾਈ ਗੁਰਪ੍ਰਸਾਦੀ ਹਰਸ ਪਾਇਆ ਨਾਮ ਪਦਾਰਥ ਨਹੁਨੇ ਦਪਾਈ ਨਵ ਨਿੱਧੀ 18 ਸਿੱਧੀ ਪਿਛੇ ਲਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ ਪ੍ਰਭ ਕੋ ਸਿਮਰੇ ਸੇ ਬੇਮੋਤਾ ਜੀ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੀ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਬਨਾਸੀ ਇਹ ਹੈ ਸ਼ਬਦੀ ਰਾਹ ਉਹ ਦੀ ਪੰਗਲ ਪਾਈ ਹੋਰ ਪਰਮਾ ਨੂੰ ਛੱਡੋ ਤੇ ਪ੍ਰਮਾਤਮਾ ਦੀ ਸ਼ਰਨ ਲੈ ਲਓ ਤੇ ਹਰ ਵੇਲੇ ਉੱਠਦੇ ਆਂ ਬੈੰਦੇ ਆਂ ਤੁਰਦੇ ਆਂ ਫਿਰਦੇ ਆਂ ਇਹ ਅਰਦਾਸ ਕਰੋ ਹਰ ਜੀਉ ਰੱਖੋ ਆਪਣੀ ਸ਼ਰਨਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਤ ਨੋਂ ਨਿਦ ਪਾਈ ਰਾਹੋ ਲੋ ਹਰ ਅਰੰਭ ਵਿੱਚ ਮਹਾਰਜ ਕਹਿੰਦੇ ਜੋ ਤਨ ਕੀਆ ਸੋ ਸੱਚthia ਜੋ ਜਿਸ ਨੂੰ ਤਿੰਨ ਪਰਮਾਤਮਾ ਨੇ ਆਪਣਾ ਬਣਾ ਲਿਆ ਉਹ ਸੱਚ ਸਰੂਪ ਹੋ ਗਿਆ ਉਹ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਵੱਲ ਤੱਕਦਾ ਹੀ ਨਹੀਂ ਉਹਦਾ ਨਿਸ਼ਚਾ ਕੀ ਹੈ ਤਦ ਨੂੰ ਛੋੜ ਜਾਈਏ ਪ੍ਰਭ ਕੈਨਦਰ ਆਨ ਬੀਆ ਤੇਲੀ ਸੰਸਰ ਪੜੀ ਜਾਂਨੇ ਆ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਤੋ ਪਾਵੇ ਬਾਣੀ ਪੜਨ ਵਾਲੇ ਅਨੰਤ ਸਾ ਪੜਨ ਵਾਲੇ ਉਹ ਵੀ ਕਬਰਾਂ ਤੇ ਮੱਥਾ ਟੇਕ ਰਹੇ ਉਹ ਵੀ ਇਹਨਾਂ ਦੰਬੀਆਂ ਪਖੰਡੀਆਂ ਦੇ ਚੱਕਰ ਵਿੱਚ ਫਸੇ ਹੋਏ ਤੇ ਗੁਰੂ ਨਾਨਕ ਬਾਦਸ਼ਾਹ ਕੀ ਕਹਿ ਰਹੇ ਜੋ ਤਨ ਕੀਆ ਸੋ ਸੱਚ ਥੀਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਬਣਾ ਲਿਆ ਆਪਣੇ ਬਣਾ ਲਿਆ ਉਹ ਤਾਂ ਫਿਰ ਸੱਚ ਥਿਰ ਥੀਆ ਉਹ ਤਾਂ ਸੱਚੇ ਪ੍ਰਮਾਤਮਾ ਦੇ ਨਾਲ ਜੁੜ ਕੇ ਟਿਕ ਗਏ ਉਹਨਾਂ ਦੀ ਭਟਕਣਾ ਮੁੱਕ ਗਈ ਹੈ ਉਹ ਫਿਰ ਪ੍ਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ ਜੋ ਤਨ ਕੀਆ ਸੋ ਸੱਚthiathia ਮਨ ਹੋ ਗਿਆ ਉਹ ਸੱਚ ਦਾ ਸਰੂਪ ਬਣ ਗਿਆ ਜਿਹਦੀ ਸੱਚੇ ਨਾਲ ਬਣਾਈ ਹੈ ਉਹ ਫਿਰ ਹੋਰ ਝੂਠਿਆਂ ਵਾਲੇ ਪਾਸੇ ਨਹੀਂ ਜਾਂਦਾ ਅੰਮ੍ਰਿਤ ਨਾਮ ਸਤਗੁਰ ਦਿਆ ਹੁਣ ਇੱਥੇ ਸਤਗੁਰ ਦੇ ਨਾਰੇ ਨੂੰ ਸਿਆਰੀ ਹੈ ਉਹਨਾਂ ਨੂੰ ਸਤਿਗੁਰੂ ਨੇ ਨਾਮ ਰੂਪੀ ਅੰਮ੍ਰਿਤ ਦਿੱਤਾ ਅਸੀਂ ਅੰਮ੍ਰਿਤ ਛਕਣ ਲਈ ਤਿਆਰ ਨੇ ਸੌ ਤਰ੍ਹਾਂ ਦੀਆਂ ਹੁਜਤਾਂ ਕਰਕੇ ਜੇ ਅੰਮ੍ਰਿਤ ਛਕ ਲਈਏ ਫਿਰ ਉਹ ਰਹਿਤ ਰੱਖਣ ਲਈ ਤਿਆਰ ਫਿਰ ਜੋ ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਹਾ ਉਹਦੇ ਤੇ ਪਹਿਰਾ ਦੇਣ ਲਈ ਧਿਆਨ ਨੇ ਫਿਰ ਕਸੂਰ ਕਿਸ ਦਾ ਹੈ ਪੁੱਛਤ ਹੈ ਪਥਕ ਮਾਰਗਨ ਧਰੇ ਪੱਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੁਜਾਈ ਗੱਲਾਂ ਨਾਲ ਕੁਝ ਨਹੀਂ ਬਣ ਸਕਿਆ 10 ਗੁਰੂ ਸਾਹਿਬਾਨ ਨੇ ਸਾਨੂੰ ਇੱਕ ਮੁਕੰਮਲ ਜੀਵਨ ਜਾਚ ਦਸੀ ਤੇ ਉਸ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਕਹਰੇ ਜੋਤਨ ਕੀਆ ਸੋ ਸਚ ਥੀਆ ਅੰਮ੍ਰਿਤ ਨਾਮ ਸਤਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅੰਦਰ ਨਾਲ ਪਿਆਰੇ ਸੰਗ ਹਿਰਦੈ ਨਾਮ ਹਿਰਦੈ ਦੇ ਦਦੇ ਨੂੰ ਦੋ ਲਾਵਾਂ ਜਿਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ ਨਾਹੀਂ ਮਨ ਭੰਗ ਉਹਨਾਂ ਦੇ ਮਨ ਵਿੱਚ ਕਦੇ ਕੋਈ ਭੰਗ ਵਿਗਨ ਪੈਂਦਾ ਹੀ ਨਹੀਂ ਪਰਮਾਤਮਾ ਦੇ ਨਾਮ ਨਾਲੋਂ ਕਦੇ ਵਿਛੋੜਾ ਹੁੰਦਾ ਹੀ ਨਹੀਂ ਅਨੰਦ ਨਾਲ ਪਿਆਰੇ ਸੰਗ ਉਹਨਾਂ ਦਾ ਪ੍ਰੇਮ ਉਸ ਪਿਆਰੇ ਦੇ ਨਾਲ ਅਨੰਦ ਇੱਕ ਰਸ ਉਨਾਂ ਦੀ ਪ੍ਰੀਤ ਐਸੀ ਬਣ ਜਾਂਦੀ ਹੈ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ 'ਤੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੋ ਰੰਗ ਕਹਿ ਬਿਧਿਆ ਸਨਮੁਖ ਓਠ ਧਾਵੇ ਭਵਰ ਲੋਭੀ ਕੁਸਮ ਬਾਸ ਕਾ ਮਿਲ ਆ ਬੰਧਾਵੇ ਕਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਹਵੇਂ ਬਸ ਉਹਨਾਂ ਦੀ ਹਰ ਵੇਲੇ ਇੱਕੋ ਅਰਦਾਸ ਹਰ ਜੀਉ ਰੱਖੋ ਆਪਣੀ ਸ਼ਰਨਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਉ ਨਿਦ ਪਾਈ 라ਹਾਓ ਕਰਮ ਧਰਮ ਸਚ ਸਚ ਨਾਮ ਉਹਨਾਂ ਲਈ ਹੋਰ ਕੋਈ ਕਰਮ ਨਹੀਂ ਹੋਰ ਕੋਈ ਧਰਮ ਨਹੀਂ ਉਹਨਾਂ ਲਈ ਪਰਮਾਤਮਾ ਦਾ ਸੱਚਾ ਨਾਮ ਹੀ ਜੋ ਸਦਾ ਕਾਇਮ ਰਹਿਣ ਵਾਲਾ ਹੈ ਉਹੋ ਹੀ ਸਭ ਕੁਝ ਹੈ ਉਹ ਹੋਰ ਕਰਮ ਧਰਮ ਪਖੰਡਾਂ ਵਿੱਚ ਪੈਂਦੇ ਹੀ ਨਹੀਂ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਰਮ ਧਰਮ ਪਖੰਡ ਜੋ ਦੀਸੈ ਤੈਨ ਜਮ ਜਾਗਾਤੀ ਲੂਟੈ ਨਿਰਬਾਣ ਕੀਰਤਨ ਗਾਵੋ ਕਰਦੇ ਕਾ ਨਿਮਕ ਸਿਮਰਤ ਜਿਦੇ ਛੂਟੈ ਸੰਤੋ ਸਾਗਰ પાર ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਉਹਨਾਂ ਵਾਸਤੇ ਸੱਚੇ ਦਾ ਨਾਮ ਹੀ ਕਰਮਧਰਮ ਹੈ ਉਹ ਹੋਰ ਕਰਮਾਂ ਧਰਮਾਂ ਦੇ ਚੱਕਰਾਂ ਵਿੱਚ ਪੈਂਦੀ। ਫਿਰ ਬਾਦਸ਼ਾਹ ਕਰਨ ਨੇ ਤਾ ਕਹ ਸਦ ਬਲੇ ਹਾਰ ਹੈ ਜਾਉ। ਭਈ ਮੈਂ ਤੇ ਉਹਨਾਂ ਤੋਂ ਸਦਾ ਬਲੇ ਹਾਰ ਜੰ। ਜਿਨ੍ਹਾਂ ਦਾ ਨਿਸ਼ਚਾ ਜਿਨ੍ਹਾਂ ਦਾ ਪੁਰੂਸਾ ਜਿਨ੍ਹਾਂ ਦਾ ਵਿਸ਼ਵਾਸ ਪ੍ਰਮਾਤਮਾ ਉਤੇ। ਸਾਨੂੰ ਤੇ ਹੁਕਮ ਹੈ ਕਿ ਨਿਤਨੇਮ ਕਰੋ ਤੇ ਅਰਦਾਸ ਕਰੋ। ਇਹ ਸੱਚੇ ਬਾਦਸ਼ਾਹ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤਾਂ ਵਿੱਚ ਉਹਨਾਂ ਦੇ ਦਰਸ਼ਨ ਵੀ ਨਾ ਕਰਾ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਤੇਰੇ ਨਾਲੋਂ ਟੁੱਟ ਜਾਈਏ ਉਤੇ ਰੋਜ਼ ਇਹੀ ਬੇਨਤੀ ਕਰਦੇ ਹੈ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ ਕੀ ਕਿਰਪਾ ਕਰੋ ਸੇ ਸੰਜੋ ਕਰੋ ਮੇਰੇ ਪਿਆਰੇ ਕਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਧੀਨ ਦਇਆਲਾ ਸਾਧ ਗਾਵੈ ਗੁਣ ਸਰ ਦਾ ਰਸਾਲਾ ਉਹਨਾਂ ਨੂੰ ਤੇ ਗੁਰੂ ਦਵਾਰਾ ਇਹ ਦੱਸਿਆ ਗਿਆ ਕਿ ਪਾਉ ਸੁਹਾਵੇ ਜਤੋਂ ਧਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਤੋਂ ਜਸ ਗਾਵੇ ਜੀਓ ਪੈ ਹ ਤੋ ਸਰਨੀ ਏ ਵਾਹਿਗੁਰੂ ਇਹ ਪੈਰ ਸੋਹਣੇ ਤਾਂ ਲੱਗਦੇ ਨੇ ਜੇ ਤੇਰੇ ਧਰ ਤੇ ਚੱਲ ਕੇ ਜਾ ਪਰ ਅਸੀਂ ਤੇ ਇਹਨਾਂ ਪੈਰਾਂ ਨਾਲ ਚੱਲ ਕੇ ਠੇਕੇ ਤੇ ਵੀ ਚਲੇ ਜਾਂਦੇ ਆ ਕਬਰਾਂ ਤੇ ਵੀ ਚਲੇ ਜਾਂਦੇ ਆ ਹੋਰ ਵੀ ਜਿੱਥੇ ਸਾਨੂੰ ਕੋਈ ਕਹੇ ਉੱਤੇ ਤੁਰ ਪੈ ਨਹੀਂ ਪਾਈ ਗੁਰੂ ਦੀ ਮਤੇ ਹੈ ਅਸੀਂ ਸੱਚ ਦੇ ਮਾਰਗ ਤੋਂ ਪਾਸੇ ਨਹੀਂ ਹਟਣਾ ਤੋ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਰਮ ਧਰਮ ਸਤ ਸਚ ਜਾਣਾਂ ਤਾ ਕੈ ਸਦ ਬਲੇ ਹਾਰੇ ਜਾਉ ਮੈਂ ਉਹਨਾਂ ਤੋਂ ਸਦਾ ਬਲੇ ਹਾਰ ਜਾਣ ਜੋ ਹਰ ਰਤੇ ਸੇ ਜਨ ਪਰਵਾਨ ਜਿਹੜੇ ਹਰੀ ਦੇ ਰੰਗ ਵਿੱਚ ਰਤੇ ਸੇ ਜਨ ਪਰਵਾਨ ਉਹ ਕਬੂਲ ਹਨ ओ परमात्मा दी दरगाह में मंजूर हन रोज़ असं पढ़ते पंच परवान पंच प्रधान पंचे पावे दरगाह मान पंचे सोहै दर राजान जान पंचा का गुर एकते आख्या वह पंच हैं मुखी हैं वह वाहगुरु जी दरगाहे परवान हैं वह प्रधान हैं ਉਹ ਮਾਨ ਪ੍ਰਾਪਤ ਕਰਦੇ ਤੇ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਮਿਲ ਜਾਏ ਫਿਰ ਕੀ ਹੁੰਦਾ ਤਨ ਕੀ ਸੰਗਤ ਪਰਮ ਨਿਧਾਨ ਉਹਨਾਂ ਦੀ ਸੰਗਤ ਕਰਨ ਕਰਕੇ ਪਰਮ ਨਿਧਾਨ ਨਿਧਾਨ ਦਾ ਮਤਲਬ ਹੈ ਖਜ਼ਾਨਾ ਤੇ ਪਰਮ ਦਾ ਮਤਲਬ ਹੈ ਵੱਡਾ ਖਜ਼ਾਨਾ ਵੱਡਾ ਖਜ਼ਾਨਾ ਉਸ ਨੂੰ ਕੀ ਹੈ ਜਿਹਦੇ ਵਿੱਚੋਂ ਸਭ ਕੁਝ ਮਿਲ ਜਾਂਦਾ ਹੋਰ ਕਿਸੇ ਪਾਸੇ ਜਾਣ ਦੀ ਲੋੜ ਹੀ ਨਾ ਪਵੇ ਸਾਚੁ ਨਾਮੁ ਅਧਰ ਮੇਰਾ ਜਿਨ ਭੁਖਾਂ ਸਭ ਗੋਈਆਂ ਕਰਿ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਗੱਲ ਕੀ ਬਾਣੀ ਨੂੰ ਸਿਰ ਮੱਥਾ ਨਾ ਟੇਕੀ ਬਾਣੀ ਨੂੰ ਵਿਚਾਰੀ ਤੇ ਬਾਣੀ ਗੁਰੂ ਦੇ ਦੱਸੇ ਰਾਹ ਤੇ ਚੱਲੀ ਗੁਰੂ ਨਾਨਕ ਦੇਵ ਜੀ ਕੀ ਦਸਹਿਬ ਹਰ ਜੀਓ ਰੱਖੋ ਆਪਣੀ ਸ਼ਰਨਾਈ ਗੁਰ ਪ੍ਰਸਾਦੀ ਹਰਤ ਪਾਇਆ ਨਾਮ ਪਦਾਰਥ ਨੋਂਨਿਤ ਪਾਈ 라ਹੋ ਕਰਮ ਧਰਮ ਸਚ ਸਤ ਚਾ ਨਾ ਹੋ ਤਾਂ ਕਹਿ ਸਤ ਬਲੇ ਹਰਹਿ ਜਾਉ ਜੋ ਹਰ ਰਾਤੇ ਸੇ ਜਨ ਬਰਵਹਾਨ तिन की संगत परम निधान कई प्रेमी पूछते ने ज्ञानी जी इतना बहुत लंबा कार्य है कदों तक पूरा पेगा मैं क्या मैं कहना भी सदा ही चलता रहे इच्छे तो प्रवेश कितिया है, है जिमें गुरु पातशाह कहना तू दरियाओ दाना भीना मैं मछली कैसे अंत ना मैं मछली हाँ हे गुरु तू दरिया है तू दाना है तू बीना है मैं तेरा अंत कि में स पर हाँ कृपा कर मैं इस दरिया समुद्रों कदम बखरा ना हो मैं हर वे यो अरदास क्योंकि पातशाह कह रहे हैं कर्म धर्म सच सच ना हो ਕੈ ਸਦ ਬਲੇ ਹਰ ਹੈ ਜਾਉ ਜੋ ਹਰ ਰਾਤੇ ਸੇ ਜਨ ਪਰਵਾਨ ਤਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਿਨ ਪਾਇਆ ধন ਨਾਰੀ ਦੇਖੋ ਹੁਣ ਇੱਥੇ ਤਨ ਨੰਨਾ ਮੁਕਤਾ ਹੈ ਨਾਲ ਨਾਰੀ ਵੀ ਆ ਗਈ ਕਿਉਂਕਿ ਗੁਰਬਾਣੀ ਵਿੱਚ ਤਨ ਅਖਰ ਤਿੰਨ ਰੂਪਾਂ ਵਿੱਚ ਇਕ ਤੰ ਤਦਾ ਨਨੇ ਨੂੰ ਔਂਕੜ ਤਾ ਇੱਕ ਤੱਦੇ ਨੂੰ ਟਿੱਪੀ ਨਨੇ ਨੂੰ ਔਂਕੜ ਤਾ ਇੱਕ ਤੰ ਤਦਾ ਨਾ ਮੁਕਤਾ ਇਹਨਾਂ ਤਿੰਨਾਂ ਦੇ ਅਰਥ ਵੱਖ-ਵੱਖ ਨੇ ਉਚਾਰਨ ਲਗਭਗ ਇੱਕੋ ਹੀ ਜਿਸ ਜੀਵ ਰੂਪ ਇਸ ਤਰੀ ਨੇ ਹਰ ਵਰ ਹਰੀ ਰੂਪੀ ਵਰ ਜਿਨ ਪਾਇਆ ਧਨ ਨਾਰੀ ਇਸ ਜੀਵ ਇਸਤਰੀ ਨੇ ਹਰੀ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹਰਿ ਸਿਉ ਰਾਤੀ ਸ਼ਬਦ ਵਿਚਾਰੀ ਉਹ ਤਾਂ ਹਰੀ ਨਾਲ ਰੁਕੀ ਰਹਤੀ ਉਹਦੀ ਹਰੀ ਨਾਲ ਪ੍ਰੀਤ ਪੱਕੀ ਬਣ ਜਾਂਦੀ ਸ਼ਬਦ ਵਿਚਾਰੀ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੀ ਅਸੀਂ ਵਿਚਾਰ ਨਹੀਂ ਕਰ ਰਹੇ ਇਸੇ ਲਈ ਅਸੀਂ ਦਰਦਰ ਦੇ ਮੰਗਤੇ ਬਣੇ ਪਏ ਹਾਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖੜੇ ਹੋ ਕੇ ਰੋਜ਼ ਕਹਿੰਦੇ ਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ ਭਾਈ ਸ਼ਬਦ ਦੀ ਵਿਚਾਰ ਕਰੀ ਜਿਹੜੇ ਫਿਰ ਸ਼ਬਦ ਦੀ ਵਿਚਾਰ ਕਰਦੇ ਆਪ ਤਰੈ ਸੰਗਤ ਕੁਲ ਤਾਰੈ ਵਾਪ ਤੇ ਤਰਦੇ ਨਹੀਂ ਤੇ ਜਿਹੜੇ ਉਹਨਾਂ ਦੀ ਸੰਗਤ ਕਰਨੇ ਜਿਹੜੇ ਉਹਨਾਂ ਦੀ ਸੁਸਾਇਟੀ ਵਿੱਚ ਆ ਜਾਣ ਕੁੱਲ ਕਈ ਜਿਹੜੇ ਕਹਿੰਦੇ ਨੇ ਜੀ 21 ਕੁੱਲਾ ਧਰਤੀਆਂ ਨਹੀਂ ਗੁਰਮੁਖ ਕੋਟ ਉਧਾਰਦਾ ਦੇ ਨਾਵੇਂ ਇੱਕ ਕਣੀ ਉਹ ਤੇ ਕਰੋਣਾ ਦਾ ਉਧਾਰ ਕਰ ਦਿੰਦਾ ਆਪ ਤਰੈ ਸੰਗਤ ਕੁੱਲ ਤਰੈ ਸਤਪੁਰ ਸੇਵ ਤਤ ਵਿਚਾਰੈ ਉਹ ਹਮੇਸ਼ਾ ਗੁਰੂ ਦੀ ਸੇਵਾ ਕਰਦਾ ਗੁਰੂ ਦੀ ਸੇਵਾ ਕੀ ਹੈ ਗੁਰੂ ਦੇ ਦੱਸੇ ਰਾਹ ਤੇ ਚੱਲਣਾ ਜਿਨ੍ਹਾਂ ਕੰਮਾਂ ਤੋਂ ਗੁਰੂ ਨੇ ਰੋਕਿਆ ਰੁਕ ਜਾਓ ਜਿਹੜੇ ਕੰਮ ਗੁਰੂ ਜੀ ਕਰਨ ਲਈ ਕਹਿੰਦੇ ਨਾ ਕਰੋ ਸਤਗੁਰ ਸੇਵ ਤਤ ਵਿਚਾਰਨ ਤਤ ਦਾ ਮਤਲਬ ਹੈ ਅਸਲੀਅਤ ਉਹ ਸਾਰ ਵਸਤੂ ਜਿਹੜੀ ਮਨੁੱਖਾ ਜਨਮ ਲਈ ਲਾਹੇਵੰਦੀ ਉਹ ਗਲਤ ਕੰਮਾਂ ਵਿੱਚ ਪੈਂਦੇ ਹੀ ਨਹੀਂ ਤੇ ਕੀ ਕਹਿੰਦੇ ਹਾਂ ਹਮਰੀ ਜ਼ਾਤ ਪਤ ਸੱਚਾ ਨਾਮ ਬਈ ਸਾਡੀ ਤੇ ਜ਼ਾਤ ਵੀ ਸੱਚਾ ਨਾਮ ਹੈ ਸਾਡੀ ਇੱਜ਼ਤ ਵੀ ਸੱਚਾ ਨਾਮ ਹੈ ਤੇ ਕਰਮ ਧਰਮ ਸੰਜਮ ਸਤਿਭਾਉ ਪਰਮਾਤਮਾ ਨਾਲ ਸੱਚਾ ਪਿਆਰ ਕਰਨਾ ਜੀ ਇਹੋ ਹੀ ਸਾਡੇ ਲਈ ਸਭ ਤੋਂ ਵਧੀਆ ਕਰਮ ਇਹੋ ਹੀ ਸਭ ਤੋਂ ਵਧੀਆ ਧਰਮ ਇਹੋ ਹੀ ਸੰਜਮ ਨੇਮ ਸਾਨੂੰ ਹੋਰ ਕਿਸੇ ਬਖੰਡ ਵਿੱਚ ਪਹਿਣ ਦੀ ਲੋੜ ਹੀ ਨਹੀਂ। ਹਮਰੀ ਜਾਤ ਪਤ ਸਚਨਾਉ ਕਰਮ ਧਰਮ ਸੰਜਮ ਤਤਭਾਉ ਨਾਨਕ ਬਖਸ਼ੇ ਪੂਛ ਨਾ ਹੋਏ ਦੂਜਾ ਮਿਟੇ ਏਕੋ ਸੋਏ ਨਾਨਕ ਜੀ ਗਰੰਟੀ ਦਿੰਦੇ ਨੇ ਜਿਹਨੂੰ ਫਿਰ ਪ੍ਰਮਾਤਮਾ ਬਖਸ਼ ਦੇਵੇ ਉਹਨੂੰ ਕੋਈ ਪੁੱਛਦਾ ਨਹੀਂ ਭਾਵ ਉਹਦੇ ਤੇ ਕੋਈ ਰੋਕ ਟੋਕ ਨਹੀਂ ਉਹਨੂੰ ਕਿਸੇ ਨੇ ਸਵਾਲ ਹੀ ਨਹੀਂ ਕਰਨਾ ਉਹਦੇ ਲਈ ਤੇ ਰਸਤੇ ਖੁੱਲੇ ਨੇ ਪਰ ਸ਼ਰਤ ਇਹ ਹੈ ਕਿ ਦੂਜਾ ਮਿਟੇ ਇੱਕ ਉਸ ਹੋਏ ਆਪਣੇ ਅੰਦਰੋਂ ਦਵੇਧ ਭਾਵ ਖਤਮ ਕਰ ਦੇ ਪਰਮਾਤਮਾ ਨਾਲ ਜੁੜ ਜਾਏ ਤੇ ਇੱਕ ਉਸ ਹੋਏ ਇੱਕ ਨਾਲ ਜੁੜੇ ਇੱਕ ਉਹ ਹੈ ਭਈਏ ਇੱਕ ਉਹ ਹੈ ਸਾਹਿਬ ਮੇਰਾ ਇੱਕੋ ਹੈ ਤੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾ ਸਾਨੂੰ ਸੱਚ ਦੇ ਮਾਰਗ ਤੇ ਤੋਰ ਦੇ ਇੱਕ ਵਾਰੀ ਪੜੋ ਦੋ ਵਾਰੀ ਪੜੋ ਜਿੰਨੀ ਵਾਰੀ ਪੜੋਗੇ ਸਾਨੂੰ ਇਹ ਸਮਝ ਆਏਗੀ ਗੁਰੂ ਸਹਿਬਾਨ ਨੇ ਸਾਨੂੰ ਬਿਲਕੁਲ ਸੌਖਾ ਤੇ ਸੱਲ ਮਾਰਗ ਦੱਸਿਆ ਪਰ ਅਸੀਂ ਉਹਦੇ ਤੇ ਚੱਲਣ ਲਈ ਤਿਆਰ ਨਹੀਂ ਹੈ ਇਹ ਕਮੀ ਸਾਡੇ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ